ਮੋਜਾਂ ਲੱਗ ਗਈਆਂ ਨੇ ਪ੍ਰਸ਼ਾਸਨ ਸ਼ਰਾਬੀਆਂ ਦੇ ਉੱਤੇ ਮਿਹਰਬਾਨ ਲੱਗ ਰਿਹਾ ਏ ਜੋ ਗਾਈਡਲਾਈਨ 2 ਦਿਨ ਪਹਿਲਾਂ ਜਲੰਧਰ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਉਹਨਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਦੀਆਂ ਨੇ ਅਤੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਹੋਮ ਡਿਲੀਵਰੀ ਹੋ ਸਕਦੀ ਹੈ ਤਾਂ ਹੁਣ ਸ਼ਰਾਬ ਦੀ ਵੀ ਹੋਮ ਡਿਲੀਵਰੀ ਹੋਵੇਗੀ ਕਿਉਂਕਿ ਜਲੰਧਰ ਪ੍ਰਸ਼ਾਸਨ ਨੇ ਸ਼ਰਾਬ ਨੂੰ ਵੀ ਜ਼ਰੂਰੀ ਵਸਤੂਆਂ ਦੇ ਵਿੱਚ ਰੱਖਿਆ ਏ ਜ਼ਰੂਰੀ ਵਸਤੂਆਂ ਦੇ ਵਿੱਚ ਇਸ ਕਰਕੇ ਰੱਖਿਆ ਏ ਕਿਉਂਕਿ ਸਰਕਾਰ ਦਾ ਸ਼ਰਾਬ ਕਮਾਊ ਪੁੱਤ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਡਿਟੇਲ ਦੇ ਵਿੱਚ ਇਹ ਦੱਸ ਦਈਏ ਕਿ ਜ਼ਰੂਰੀ ਜ਼ਰੂਰੀ ਵਸਤੂਆਂ ਦੇ ਵਿੱਚ ਜਿਵੇਂ ਡੇਰੀ ਦੁੱਧ ਕਰਿਆਨਾ ਹਾਲਾਂਕਿ ਦਵਾਈਆਂ ਦੀਆਂ ਦੁਕਾਨਾਂ ਤੇ ਜਿਹੜੀਆਂ ਨੇ ਉਹ 24 ਘੰਟੇ ਖੁੱਲ ਸਕਦੀਆਂ ਨੇ ਪਰ ਜ਼ਰੂਰੀ ਵਸਤੂਆਂ ਦੇ ਵਿੱਚ ਜਿਵੇਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਦੁਕਾਨਾਂ ਖੁੱਲ ਸਕਦੀਆਂ ਸੀ 3 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਹੋਮ ਡਿਲੀਵਰੀ ਕਰ ਸਕਦੇ ਸੀ ਤਾਂ ਉਸੇ ਤਰੀਕੇ ਨਾਲ ਹੁਣ ਇਸ ਪ੍ਰਸ਼ਾਸਨ ਨੇ ਸ਼ਰਾਬ ਨੂੰ ਵੀ ਜ਼ਰੂਰੀ ਵਸਤੂਆਂ ਦੇ ਵਿੱਚ ਰੱਖ ਕੇ ਤੁਹਾਡੇ ਘਰਾਂ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਚੁੱਕ ਲਈ ਹੈ ਹਾਲਾਂਕਿ ਇੱਥੋਂ ਤੱਕ ਕਿ ਜਲੰਧਰ ਕਮਿਸ਼ਨਰ ਰੇਟ ਪੁਲਿਸ ਨੇ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਪੁਲਿਸੀਆਂ ਨੂੰ ਪੁਲਿਸ ਵਾਲਿਆਂ ਨੂੰ ਇਹ ਕਹਿ ਦਿੱਤਾ ਕਿ ਆਪਣੇ ਨਾਕਿਆਂ ਦੇ ਉੱਪਰ ਤੁਸੀਂ ਧਿਆਨ ਰੱਖਣਾ ਹੈ ਕਿ ਜੇਕਰ 3 ਤੋਂ ਲੈ ਕੇ 5 ਵਜੇ ਤੱਕ ਕੋਈ ਸ਼ਰਾਬ ਲੈ ਕੇ ਇੱਧਰ ਉੱਧਰ ਜਾਂਦਾ ਇਹ ਤਾਂ ਤੁਸੀਂ ਉਹਨਾਂ ਨੂੰ ਰੋਕਣਾ ਨਹੀਂ ਹੈ ਇੱਥੋਂ ਤੱਕ ਗੱਲਾਂ ਪਹੁੰਚ ਗਈਆਂ ਨੇ ਹੁਣ ਕਮਾਊ ਪੁੱਤ ਕਿਵੇਂ ਆ ਪੰਜਾਬ ਦੇ ਵਿੱਚ ਦੋ ਵਿਭਾਗ ਜਿਹੜੇ ਨੇ ਉਹ ਸਰਕਾਰ ਨੂੰ ਬਹੁਤ ਵੱਡਾ ਰੈਵਨਿਊ ਦਿੰਦੇ ਨੇ ਦੋ ਨੇ ਇੱਕ ਤਾਂ ਸ਼ਰਾਬ ਸ਼ਰਾਬ ਦੇ ਠੇਕੇ ਬਹੁਤ ਵੱਡਾ ਰੈਵਨਿਊ ਦਿੰਦੇ ਤੇ ਦੂਜਾ ਇਹ પેટ્રોલ ਪੰਪ પેટ્રોલ ਪੰਪ ਤਾਂ 24 ਘੰਟੇ ਖੋਲੇ ਹੋਏ ਨੇ ਉਹ ਤਾਂ ਸਮਝ ਆਉਂਦੀ ਹੈ ਕਿ ਜ਼ਰੂਰੀ ਵਸਤੂਆਂ ਦੇ ਵਿੱਚ ਹੈਗੀ ਹੈ ਕਿਉਂਕਿ ਜੇ ਅਸੀਂ ਐਂਬੂਲੈਂਸਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਪੈਟਰੋਲ ਨਾਲ ਚੱਲਣੀਆਂ ਨੇ ਡੀਜ਼ਲ ਨਾਲ ਚੱਲਣੀਆਂ ਨੇ ਜੇ ਗਰੀਬਾਂ ਦੇ ਮੋਟਰਸਾਈਕਲ ਸਕੂਟਰਾਂ ਦੀ ਗੱਲ ਕਰ ਲਈਏ ਕਰ ਲਈਏ ਤਾਂ ਉਹ ਵੀ ਪੈਟਰੋਲ ਦੇ ਨਾਲ ਚੱਲਣੇ ਨੇ ਉਹ ਤਾਂ ਸਮਝ ਆਉਂਦੀ ਹੈ ਹਾਲਾਂਕਿ ਪੈਟਰੋਲ ਦੀਆਂ ਕੀਮਤਾਂ ਵੀ ਜਣੀਆਂ ਨੇ ਉਹ ਰਿਕਾਰਡ ਤੋੜ ਹੋ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈਟਰੋਲ ਵੀ ਵਧਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਜੇ ਠੇਕਿਆਂ ਦੀ ਗੱਲ ਕਰੀਏ ਤਾਂ ਠੇਕਿਆਂ ਦੇ ਉੱਪਰ ਮਿਹਰਬਾਨ ਸਰਕਾਰ ਇਸ ਕਰਕੇ ਐ ਕਿ ਰੈਵਨਿਊ ਬਹੁਤ ਵੱਡਾ ਸ਼ਰਾਬ ਦੇ ਠੇਕਿਆਂ ਤੋਂ ਆਉਂਦਾ ਸਰਕਾਰ ਨੂੰ ਤਾਂ ਇਸੇ ਕਰਕੇ ਇਹਨੂੰ ਜ਼ਰੂਰੀ ਵਸਤੂਆਂ ਦੇ ਵਿੱਚ ਰੱਖ ਕੇ ਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਨੇ ਚੱਕ ਲਈ ਹੈ 3 ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਘਰਾਂ ਦੇ ਵਿੱਚ ਹੋਮ ਡਿਲੀਵਰੀ ਹੋ ਸਕਦੀ ਹੈ ਹੁਣ ਵੱਡਾ ਸਵਾਲ ਇਹ ਆਉਂਦਾ ਕਿ ਜ਼ਰੂਰੀ ਵਸਤੂਆਂ ਦੇ ਵਿੱਚ ਜਿਹੜੀਆਂ ਦੁਕਾਨਾਂ 3 ਵਜੇ ਬੰਦ ਕਰਨ ਲਈ ਕਹਿ ਦਿੱਤੀਆਂ ਨੇ ਕੀ ਉਹ ਜ਼ਰੂਰੀ ਵਸਤੂਆਂ ਦੇ ਵਿੱਚ ਨਹੀਂ ਆਉਂਦੀਆਂ ਕਿਸੇ ਗਰੀਬ ਨੂੰ ਪੁੱਛ ਕੇ ਦੇਖੋ ਕਿ ਤੁਹਾਡੀ ਰੇੜੀ ਜ਼ਰੂਰੀ ਵਸਤੂਆਂ ਦੇ ਵਿੱਚ ਆਉਂਦੀ ਆ ਜਾਂ ਨਹੀਂ ਜਿਨ੍ਹਾਂ ਨੇ ਇੱਕ ਦਿਹਾੜੀ ਦੇ ਵਿੱਚ ਉਹੀ ਕਮਾਉਣਾ ਉਹੀ ਖਾਣਾ ਤਾਂ ਉਹ ਜ਼ਰੂਰੀ ਵਸਤੂਆਂ ਨਹੀਂ ਲੱਗਦੀਆਂ ਸਰਕਾਰ ਨੂੰ ਬਲਕਿ ਸ਼ਰਾਬ ਦੇ ਠੇਕੇ ਜ਼ਰੂਰੀ ਵਸਤਾਂ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਹੋਮ ਡਿਲੀਵਰੀ ਕਰਨ ਤੱਕ ਦੇ ਜਿਹੜੇ ਹੁਕਮ ਉਹ ਦੇ ਦਿੱਤੇ ਗਏ ਆ ਹਾਲਾਂਕਿ ਇਹ ਗੱਲਾਂ ਇਹ ਖਬਰ ਨੂੰ ਸੁਣ ਕੇ ਕਈ ਲੋਕ ਤਾਂ ਬਹੁਤ ਖੁਸ਼ ਹੋਏ ਹੋਣਗੇ ਕਿ ਕੋਈ ਗੱਲ ਨਹੀਂ ਸਾਨੂੰ 5 ਵਜੇ ਤੱਕ ਹੁਣ ਘਰਾਂ ਦੇ ਵਿੱਚ ਸ਼ਰਾਬ ਮਿਲ ਸਕਦੀ ਹੈ ਹਾਲਾਂਕਿ ਠੇਕੇ ਤਾਂ ਨਾ ਤਾਂ ਪੂਰਨ ਤੌਰ ਦੇ ਉੱਪਰ ਕਰਫਿਊ ਦੇ ਵਿੱਚ ਕਦੀ ਬੰਦ ਹੋਏ ਨੇ ਨਾ ਹੀ ਪੂਰਨ ਤੌਰ ਦੇ ਉੱਪਰ ਜਦੋਂ ਲਾਕਡਾਊਨ ਲੱਗਦਾ ਕਦੀ ਉਦੋਂ ਬੰਦ ਹੋਏ ਨੇ ਕਿਉਂਕਿ ਕਈ ਤਰ੍ਹਾਂ ਦੀਆਂ ਖਬਰਾਂ ਡੇਲੀ ਪੋਸਟ ਨੇ ਵੀ ਤੁਹਾਨੂੰ ਦਿਖਾਈਆਂ ਤੇ ਕੋਈ ਵੀਡੀਓਜ਼ ਤੁਸੀਂ ਦੇਖੀਆਂ ਵੀ ਹੋਣਗੀਆਂ ਕਿ ਜਿਨ੍ਹਾਂ ਦੇ ਵਿੱਚ ਸ਼ਰਾਬ ਦੀ ਜਿਹੜੇ ਠੇਕਿਆਂ ਦੇ ਜਿਹੜਾ ਸ਼ਟਰ ਹੁੰਦਾ ਸ਼ਟਰ ਦੇ ਵਿੱਚ ਇੱਕ ਚੋਰ ਮੋਰੀ ਰੱਖੀ ਹੁੰਦੀ ਆ ਉਹਦੇ ਵਿੱਚੋਂ ਤੁਹਾਨੂੰ ਬੋਤਲ ਫੜਾ ਦਿੱਤੀ ਜਾਂਦੀ ਆ ਤੇ ਉਹਦੇ ਵਿੱਚੋਂ ਤੁਹਾਡੇ ਕੋਲੋਂ ਪੈਸੇ ਲੈ ਲਏ ਜਾਂਦੇ ਨੇ ਤਾਂ ਹਾਲਾਂਕਿ ਉਦੋਂ ਤਾਂ ਨਹੀਂ ਬੰਦ ਹੋਏ ਪਰ ਹੁਣ ਲੀਗਲ ਤੌਰ ਦੇ ਉੱਪਰ ਜ਼ਰੂਰੀ ਵਸਤੂਆਂ ਦੇ ਵਿੱਚ ਰੱਖ ਕੇ ਸਰਕਾਰ ਨੇ ਸ਼ਰਾਬੀਆਂ ਦੇ ਉੱਪਰ ਮਿਹਰਬਾਨੀ ਕੀਤੀ ਹੈ ਕਿ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਘਰਾਂ ਦੇ ਵਿੱਚ ਹੋਮ ਡਿਲੀਵਰੀ ਇਸ ਸ਼ਰਾਬ ਦੀ ਕਰ ਦਿੱਤੀ ਜਾਵੇਗੀ ਹੁਣ ਜ਼ਰੂਰੀ ਵਸਤਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਵੇਂ ਡੇਰੀ ਪ੍ਰੋਡਕਟ ਆਉਂਦੇ ਨੇ ਦੁੱਧ ਆਉਂਦਾ ਏ ਕਰਿਆਨਾ ਸਟੋਰ ਆਉਂਦੇ ਨੇ ਮੈਡੀਕਲ ਸਟੋਰ ਆਉਂਦੇ ਨੇ ਤਾਂ ਮੋਬਾਈਲ ਦੀਆਂ ਦੁਕਾਨਾਂ ਵੀ ਰਿਪੇਅਰ ਕਰਨ ਵਾਲੀਆਂ ਰੱਖੀਆਂ ਗਈਆਂ ਨੇ ਉਹਦੇ ਵਿੱਚ ਤਾਂ ਇਹ ਇਹਨਾਂ ਦੇ ਨਾਲ ਨਾਲ ਹੁਣ ਸ਼ਰਾਬ ਨੂੰ ਵੀ ਜ਼ਰੂਰੀ ਵਸਤੂਆਂ ਦੇ ਵਿੱਚ ਰੱਖ ਦਿੱਤਾ ਗਿਆ ਏ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋਣਗੇ ਜਿਵੇਂ ਕੱਪੜੇ ਦੀਆਂ ਦੁਕਾਨਾਂ ਵਾਲੇ ਨੇ ਜੁਐਲਰੀ ਸ਼ਾਪਸ ਹੈਗੀਆਂ ਨੇ ਤੁਹਾਨੂੰ ਅਸੀਂ ਲਗਾਤਾਰ ਇਹ ਖਬਰਾਂ ਵੀ ਦਿਖਾ ਰਹੇ ਹਾਂ ਜਿਹੜੇ ਲੋਕ ਇਹ ਕਹਿੰਦੇ ਨੇ ਜਾਂ ਤਾਂ ਇਹ ਜਾਂ ਲੌਲੀਪੌਪ ਸਾਨੂੰ ਨਾ ਦਿਓ ਤੇ ਜਾਂ ਪੂਰਨ ਤੌਰ ਦੇ ਉੱਪਰ ਲੋਕਡਾਊਨ ਕਰ ਦਿਓ ਤਾਂ ਜੋ ਇਸ ਕਰੋਨਾ ਦੀ ਚੇਨ ਜਿਹੜੀ ਆ ਪੂਰਨ ਤੌਰ ਦੇ ਉੱਪਰ ਟੁੱਟ ਜਾਵੇ ਪਰ ਸਰਕਾਰ ਇਸ ਗੱਲੋਂ ਡਰਦੀ ਹੈ ਕਿ ਇਲੈਕਸ਼ਨ ਇਅਰ ਚੱਲ ਰਿਹਾ ਹੈ ਜੇ ਲੋਕ ਸਾਡੇ ਖਿਲਾਫ ਹੋ ਗਏ ਤਾਂ ਫੇਰ ਕਿੱਥੋਂ ਵੋਟਾਂ ਮੰਗਾਗੇ ਕਿੱਥੋਂ ਘਰ ਘਰ ਜਾ ਕੇ ਵੋਟਾਂ ਮੰਗਾਗੇ ਹਾਲਾਂਕਿ ਹੋਰ ਵੀ ਮੁੱਦੇ ਬੜੇ ਨੇ ਪੰਜਾਬ ਦੇ ਵਿੱਚ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਜਿਹੜੇ 17 ਦੇ ਵਿੱਚ ਸਰਕਾਰ ਬਣਾਈ ਸੀ ਜਿੰਨਾ ਮੁੱਦਿਆਂ ਨੂੰ ਲੈ ਕੇ ਉਹ ਮੁੱਦੇ ਹੱਲ ਨਹੀਂ ਹੋਏ ਪਰ ਹੁਣ कोरोना वायरस लॉकडाउन ਵੀ ਇੱਕ ਵੱਡਾ ਮੁੱਦਾ ਇਲੈਕਸ਼ਨ ਇਅਰ ਦੇ ਵਿੱਚ ਬਣਦਾ ਜਾ ਰਿਹਾ ਹੈ ਕਿਉਂਕਿ ਸਰਕਾਰ ਨਾ ਤਾਂ ਪੂਰਨ ਤੌਰ ਦੇ ਉੱਪਰ ਬੰਦ ਕਰਨਾ ਚਾਹੁੰਦੀ ਹੈ ਤੇ ਨਾ ਹੀ ਖੋਲਣਾ ਚਾਹੁੰਦੀ ਹੈ ਨਾ ਇਸ ਕਰਕੇ ਖੋਲਣਾ ਚਾਹੁੰਦੀ ਹੈ ਕਿ ਕੋਰੋਨਾ ਦੇ ਕੇਸ ਜਿਹੜੇ ਆ ਲਗਾਤਾਰ ਵੱਧ ਰਹੇ ਆ ਤੇ ਖੋਲਣਾ ਇਸ ਕਰਕੇ ਚਾਹੁੰਦੀ ਹੈ ਕਿ ਜੇ ਲੋਕ ਨਾਰਾਜ਼ ਹੋ ਗਏ ਤਾਂ ਫਿਰ ਵੋਟਾਂ ਕਿੱਥੋਂ ਮੰਗਣੀਆਂ ਨੇ ਤਾਂ ਇੱਕ ਤਰ੍ਹਾਂ ਦਾ ਹੁਣ ਜਿਹੜੀ ਤੁਹਾਨੂੰ ਖਬਰ ਅਸੀਂ ਦੇ ਰਹੇ ਹਾਂ ਕਿ 3 ਵਜੇ ਤੋਂ ਬਾਅਦ ਹੋਮ ਡਿਲੀਵਰੀ ਵੀ ਜਿਹੜੀ ਸ਼ਰਾਬ ਦੀ ਘਰਾਂ ਦੇ ਵਿੱਚ ਹੋਵੇਗੀ ਉਹਦੇ ਵਿੱਚ ਇਹ ਗੱਲ ਜ਼ਾਹਿਰ ਤੌਰ ਦੇ ਉੱਪਰ ਸਾਹਮਣੇ ਆਉਂਦੀ ਹੈ ਕਿ ਜਿਹੜੀ ਸਰਕਾਰ ਦਾ ਕਮਾਊ ਪੁੱਤ ਇਹ ਠੇਕੇ ਉਹਨਾਂ ਦੇ ਉੱਪਰ ਸਰਕਾਰ ਮਿਹਰਬਾਨ ਨਜ਼ਰ ਆ ਰਹੀ ਹੈ ਅਤੇ ਪਿਆਕੜਾਂ ਨੂੰ ਇਹ ਹੁਣ ਖਬਰ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਘਰਾਂ ਦੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਹੋ ਸਕਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਸ਼ਰਾਬ ਦੇ ਸ਼ੌਕੀਨਾ ਨੂੰ ਲੋਕਡਾਊਨ ਦੇ